ਗੁਰੂ ਪਿਆਰੀ ਸਾਧ ਸੰਗਤ ਸਭ ਤੋਂ ਪਹਿਲਾਂ ਪਿਆਰ ਸਤਿਕਾਰ ਨਾਲ ਬੁਲਾਈ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਅੱਜ ਆਪਾਂ ਜਿਸ ਵਿਸ਼ੇ 'ਤੇ ਗੱਲ ਕਰ ਰਹੇ ਹਾਂ ਉਹ ਹੈ ਮਨ। ਅਨੇਕਾਂ ਵਿਦਵਾਨਾਂ ਪ੍ਰਚਾਰਕਾਂ ਅਤੇ ਬੁੱਧੀਜੀਵੀਆਂ ਨੇ ਅਨੇਕਾਂ ਵਾਰ ਇਸ ਵਿਸ਼ੇ 'ਤੇ ਵਿਚਾਰਾਂ ਕੀਤੀਆਂ ਹਨ ਅਤੇ ਬਹੁਤ ਵਾਰ ਆਪ ਜੀ ਨੇ ਸੁਣੀਆਂ ਵੀ ਹੋਣਗੀਆਂ। ਸਾਧ ਸੰਗਤ ਜੀ, ਆਦਮੀ ਆਪਣੇ ਮਨ ਨੂੰ ਆਪਣੇ ਆਪ ਨੂੰ ਕਦੇ ਮਾੜਾ ਨਹੀਂ ਦਿਸਣ ਦੇਣਾ ਚਾਹੁੰਦਾ। ਚੰਗੇ ਕੱਪੜੇ ਪਾਵੇਗਾ, ਨਹਾ ਧੋ ਕੇ ਰਹੇਗਾ, ਪਰ ਸਾਡਾ ਦੂਜਿਆਂ ਨੂੰ ਚੰਗਾ ਦਿਸਣਾ ਜਾਂ ਦੂਜਿਆਂ ਅੱਗੇ ਆਪਣੇ ਆਪ ਨੂੰ ਸੋਹਣਾ ਜਾਂ ਚੰਗਾ ਸਾਬਤ ਕਰਨਾ ਕੋਈ ਜ਼ਿਆਦਾ ਮਾਣੇ ਨਹੀਂ ਰੱਖਦਾ। ਅਸਲ ਵਿੱਚ ਮੇਰੇ ਹਿਸਾਬ ਨਾਲ ਇੱਕ ਸੋਹਣਾ ਮਨੁੱਖ ਉਹ ਹੈ ਜੋ ਮਨ ਦਾ ਵੀ ਸੋਹਣਾ ਹੋਵੇ, ਜੋ ਉਸ ਮਾਲਕ ਪ੍ਰਭੂ ਦੀ ਨਜ਼ਰ ਵਿੱਚ ਸੋਹਣਾ ਹੋ ਜਾਵੇ। ਸਾਧ ਸੰਗਤ, ਜਪਜੀ ਸਾਹਿਬ ਦੇ ਸ਼ੁਰੂ ਵਿੱਚ ਹੀ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਇੱਕ ਸਵਾਲ ਕੀਤਾ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਭਾਵ ਇੱਕ ਮਨੁੱਖ ਸਚਿਆਰ ਕਿਵੇਂ ਹੋ ਸਕਦਾ ਹੈ, ਸਿਆਣਾ ਕਿਵੇਂ ਹੋ ਸਕਦਾ ਹੈ ਅਤੇ ਕੂੜ ਦੀ ਪਾਲ ਭਾਵ ਮਨ ਵਿੱਚ ਪਈਆਂ ਝੂਠ ਦੀਆਂ ਫਰੇਬ ਦੀਆਂ ਵੱਟਾਂ ਕਿਵੇਂ ਟੁੱਟ ਸਕਦੀਆਂ ਹਨ। ਅੱਗੋਂ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਤੋਂ ਪੁੱਛਿਆ ਕਿ ਤੁਸੀਂ ਦੱਸੋ ਤੁਹਾਡੇ ਮਤ ਅਨੁਸਾਰ ਸਚਿਆਰ ਹੋਣ ਦੇ ਕੂੜ ਦੀ ਵੱਟ ਤੋੜਨ ਦੇ ਕਿਹੜੇ ਸਾਧਨ ਹਨ? ਤਾਂ ਸਿੱਧਾਂ ਨੇ ਆਖਿਆ ਕਿ ਸਾਡੇ ਮਤ ਅਨੁਸਾਰ ਕੂੜ ਦੀ ਵੱਟ ਤੋੜਨ ਦੇ ਜਾਂ ਸਚਿਆਰ ਹੋਣ ਦਾ ਪਹਿਲਾ ਸਾਧਨ ਕਰਮ ਕਾਂਡ, ਸੋਚ, ਤਨ ਪਵਿੱਤਰ ਰੱਖਣ ਦੀ ਪ੍ਰਕਿਰਿਆ ਨੂੰ ਮੰਨਿਆ ਜਾਂਦਾ ਹੈ ਕਿ ਸੋਚ ਸੁੱਚ ਰੱਖ ਕੇ ਹੀ ਸੱਚ ਦੀ ਪ੍ਰਾਪਤੀ ਹੁੰਦੀ ਹੈ। ਅੱਗੋਂ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨੇ ਇਸ ਸਮਾਧਾਨ ਦਾ ਬਾ ਦਲੀਲ ਖੰਡਨ ਕੀਤਾ ਅਤੇ ਫਰਮਾਇਆ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਭਾਵ ਕਰਮ ਕਾਂਡ ਅਨੁਸਾਰ ਰੱਖੀ ਤਨ ਦੀ ਸੋਚ ਪਵਿੱਤਰਤਾ ਨਾਲ ਮਨ ਦੀ ਪਵਿੱਤਰਤਾ ਨਹੀਂ ਹੁੰਦੀ। ਭਾਵੇਂ ਲੱਖਾਂ ਵਾਰ ਤਨ ਨੂੰ ਸੁੱਚਾ ਕਰ ਲਵੋ ਪਰ ਤਨ ਦੇ ਸਾਫ ਹੋਣ ਨਾਲ ਮਨ ਦਾ ਕੋਈ ਸੰਬੰਧ ਨਹੀਂ। ਯਥਾ ਅਣਕ ਜਲਾ ਜੇ ਧੋਵੈ ਦੇਹੀ, ਮੈਲ ਨਾ ਉਤਰੈ ਸੁੱਧ ਨਾ ਤੇਹੀ, ਭਾਵ ਇਹ ਸਰੀਰ ਤਾਂ ਕੱਚੀ ਕੰਧ ਵਾਂਗ ਹੈ, ਜਿੰਨਾ ਮਰਜ਼ੀ ਇਸ ਨੂੰ ਧੋ ਲਵੋ ਇਸ ਵਿੱਚੋਂ ਮੈਲ ਸਰਬ ਦੀ ਹੀ ਰਹਿੰਦੀ ਹੈ। ਯਥਾ ਨਵੇਂ ਛਿੱਦਰ ਸਰਬ ਹੈ ਅਪਵਿੱਤਰਾ। ਅਗਲੇ ਸਲੋਕ ਵਿੱਚ ਗੁਰਬਾਣੀ ਫਿਰ ਇਹੋ ਸਿੱਧ ਕਰਦੀ ਹੈ, ਜਿਵੇਂ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰ ਹੋ ਕੋਈ, ਮਾਟੀ ਕਾ ਕਿਆ ਧੁੱਪੈ ਸੁਆਮੀ, ਮਾਨਸ ਕੀ ਗਤ ਇਹੀ। ਕਹਿਣ ਦਾ ਭਾਵ ਇੱਕ ਮਨੁੱਖ ਪਰਮਾਤਮਾ ਪ੍ਰਭੂ ਅੱਗੇ ਬੇਨਤੀ ਕਰਦਾ ਹੈ ਕਿ ਹੇ ਪ੍ਰਭੂ, ਪਰਮੇਸ਼ਰ ਮੇਰੇ ਉੱਤੇ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਨਾਲ ਜੋੜ। ਸਤਿਗੁਰੂ, ਮੇਰੇ ਵਿੱਚ ਅਨੇਕਾਂ ਖਾਮੀਆਂ ਹਨ, ਅਵਗੁਣ ਹਨ, ਪਰ ਆਪ ਬਖਸ਼ਣਹਾਰ ਹੋ, ਮੇਰੀਆਂ ਸਭੇ ਭੁੱਲਾਂ ਨੂੰ ਬਖਸ਼ ਕੇ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ੋ। ਮਨੁੱਖ ਦਾ ਤਾਂ ਮਿੱਟੀ ਵਾਲਾ ਹਾਲ ਹੈ, ਜਿਵੇਂ ਮਿੱਟੀ ਨੂੰ ਅਨੇਕਾਂ ਵਾਰ ਧੋਂਦੇ ਰਹੋ ਤਾਂ ਉਸ ਵਿੱਚੋਂ ਅੱਗੇ ਮਿੱਟੀ ਹੀ ਨਿਕਲਦੀ ਜਾਵੇਗੀ, ਉਹ ਮਿੱਟੀ ਖੁਰਦੀ ਜਾਵੇਗੀ, ਅੱਗੇ ਤੋਂ ਅੱਗੇ ਜਿੰਨਾ ਧੋਵੋਗੇ ਮਿੱਟੀ ਨਿਕਲਦੀ ਜਾਵੇਗੀ। ਭਾਵ ਮਨੁੱਖ ਉਸੇ ਤਰ੍ਹਾਂ ਮਿੱਟੀ ਦਾ ਪੁਤਲਾ ਹੈ।
ਜਪ ਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੀ। ਭਾਵ ਜੇਕਰ ਇਨਸਾਨ ਦੇ ਸਰੀਰ ਦੇ ਸਾਰੇ ਅੰਗ ਹੱਥ ਪੈਰ ਮਿੱਟੀ ਨਾਲ ਭਰ ਜਾਣ ਤਾਂ ਮਿੱਟੀ ਮੈਲ ਪਾਣੀ ਨਾਲ ਧੋਣ 'ਤੇ ਉਤਰ ਜਾਂਦੀ ਹੈ। ਸਥੂਲ ਸਰੀਰ 'ਤੇ ਲੱਗੀ ਮੈਲ ਪਾਣੀ ਨਾਲ ਧੋਤਿਆਂ ਲਹਿ ਜਾਂਦੀ ਹੈ, ਪਰ ਮਨ ਦੀ ਮੈਲ ਪਾਣੀ ਨਾਲ ਧੋਤਿਆਂ ਸਾਫ਼ ਨਹੀਂ ਹੋ ਸਕਦੀ। ਇੱਕ ਹੋਰ ਸ਼ਬਦ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਹਨ, ਮੂਤ ਪੁਲੀਤੀ ਕੱਪੜੋਏ, ਦੇਹ ਸਾਬਣ ਲਈਐ ਉਹ ਧੋਏ। ਭਾਵ ਜੇ ਕੋਈ ਵਸਤਰ ਮੂਤ ਭਾਵ ਪਿਸ਼ਾਬ ਨਾਲ ਪਲੀਤੀ ਭਾਵ ਅਪਵਿੱਤਰ ਹੋ ਜਾਵੇ ਤਾਂ ਉਸ ਨੂੰ ਸਾਬਣ ਨਾਲ ਧੋ ਕੇ ਸਾਫ਼ ਕੀਤਾ ਜਾ ਸਕਦਾ ਹੈ। ਕਹਿਣ ਦਾ ਮਤਲਬ ਹੈ ਕਿ ਮਿੱਟੀ ਦੀ ਮੈਲ ਪਾਣੀ ਨਾਲ ਧੋ ਕੇ ਸਾਫ਼ ਕੀਤੀ ਜਾ ਸਕਦੀ ਹੈ ਅਤੇ ਮਲਮੂਤਰ ਜਿਹੀ ਮੈਲ ਨੂੰ ਸਾਬਣ ਨਾਲ ਧੋ ਕੇ ਸਾਫ਼ ਕੀਤਾ ਜਾ ਸਕਦਾ ਹੈ। ਅੱਗੇ ਗੁਰੂ ਸਾਹਿਬ ਬਿਆਨ ਕਰਦੇ ਹਨ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਗੁਰੂ ਸਾਹਿਬ ਫਰਮਾਨ ਕਰਦੇ ਹਨ ਕਿ ਜੇਕਰ ਕਿਸੇ ਮਨੁੱਖ ਦੀ ਬੁੱਧੀ ਮਨ ਮੈਲ ਨਾਲ ਭਰ ਜਾਵੇ ਤਾਂ ਉਸ ਨੂੰ ਨਾਮ ਦੇ ਰੰਗ ਭਾਵ ਜਲ ਨਾਮ ਦੇ ਜਲ ਨਾਲ ਧੋਤਾ ਜਾ ਸਕਦਾ ਹੈ। ਸਾਧ ਸੰਗਤ, ਇਸ ਦਾ ਸੰਪੂਰਨ ਅਰਥ ਇਹ ਹੈ ਕਿ ਬੁੱਧੀ ਜਾਂ ਮਨ ਦੀ ਮੈਲ ਜੋ ਇਨਸਾਨ ਦੇ ਅੰਦਰ ਬੁਰੇ ਕਰਮਾਂ, ਚੁਗਲੀ, ਨਿੰਦਿਆ, ਈਰਖਾ, ਵੈਰ, ਵਿਰੋਧ, ਹੰਕਾਰ ਆਦਿ ਵਰਗੇ ਬੁਰੇ ਕਰਮਾਂ ਸਦਕਾ ਪੈਦਾ ਹੁੰਦੀ ਹੈ, ਉਸ ਨੂੰ ਵੀ ਸੱਚੇ ਮਨ ਨਾਲ ਕੀਤੀ ਪ੍ਰਭੂ ਦੀ ਬੰਦਗੀ ਨਾਲ ਧੋਤਾ ਜਾ ਸਕਦਾ ਹੈ। ਜਿਵੇਂ ਕਿ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਸੁਖਮਨੀ ਸਾਹਿਬ ਵਿੱਚ ਫਰਮਾਨ ਕਰਦੇ ਹਨ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿੱਧ ਮਾਹੀ ਸਮਾਏ। ਸਾਧ ਸੰਗਤ, ਭਾਵ ਪ੍ਰਭੂ ਦਾ ਸਿਮਰਨ ਕੀਤਿਆਂ, ਸਤਿਗੁਰੂ ਦੀ ਬੰਦਗੀ ਕੀਤਿਆਂ ਮਨ ਦੀ ਮੈਲ ਕੱਟੀ ਜਾ ਸਕਦੀ ਹੈ ਅਤੇ ਅਮਰ ਕਰਨ ਵਾਲਾ ਨਾਮ ਹਿਰਦੇ ਵਿੱਚ ਆ ਸਮਾਉਂਦਾ ਹੈ, ਜਿਸ ਨਾਲ ਮਨੁੱਖ ਦੀ ਆਤਮਾ ਰੂਪੀ ਨਦੀ ਪਰਮਾਤਮਾ ਰੂਪੀ ਸਮੁੰਦਰ ਵਿੱਚ ਮਿਲ ਕੇ ਸਦਾ ਲਈ ਅਭੇਦ ਹੋ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।